ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਸ਼ਾਮ 7 ਵਜੇ ਤੱਕ ਦੀਆਂ ਸੱਤ ਵੱਡੀਆਂ ਖਬਰਾਂ ਦੇ ਇਸ ਖਾਸ ਟਾਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਹੁਣ ਤੱਕ ਦੀਆਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਅਪਡੇਟ ਦਿੰਨੇ ਆ ਕਿਉਂਕਿ ਮੌਸਮ ਨੇ ਇੱਕ ਨਵੀਂ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਭਾਵੇਂ ਰਾਹਤ ਮਿਲੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਪਰ ਮੌਸਮ ਫਿਰ ਵਿਗੜੇਗਾ ਪੰਜਾਬ ਦੇ ਵਿੱਚ ਗੜੇਮਾਰੀ ਤੇ ਮੀਂਹ ਦੀ ਚੇਤਾਵਨੀ ਜਾਰੀ ਹੈ ਦੀ ਗਈ ਹੈ ਇੱਕ ਬਹੁਤ ਹੀ ਸਰਗਰਮ ਪੱਛਮੀ ਗੜਬੜੀ ਦੇ ਨਾਲ 23 ਜਨਵਰੀ ਤੋਂ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਨੂੰ ਪ੍ਰਭਾਵਿਤ ਕਰਨ ਦੀ ਵਧੇਰੇ ਸੰਭਾਵਨਾ ਹੈ ਇਸ ਦੇ ਪ੍ਰਭਾਵ ਦੀਨ 23 ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹਲਕਾ ਮੀਂਹ ਦਰਮਿਆਨਾ ਮੀਂਹ ਤੇ ਗਰਜ ਨਾਲ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਇਸ ਤੋਂ ਬਾਅਦ 24 ਤੋਂ 27 ਜਨਵਰੀ ਤੱਕ ਇਹਨਾਂ ਸੂਬਿਆਂ ਦੇ ਵਿੱਚ ਮੀਂਹ ਪੈਣ ਦੀ ਬਹੁਤ ਜ਼ਿਆਦਾ ਸੰਭਾਵਨਾ ਦਿੱਤੀ ਗਈ ਹੈ 23 ਜਨਵਰੀ ਨੂੰ ਪੰਜਾਬ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਦੇ ਵਿੱਚ 24 ਜਨਵਰੀ ਨੂੰ ਵੱਖ-ਵੱਖ ਅਤੇ ਗਰਜ ਬਿਜਲੀ ਅਤੇ ਗੜੇਮਰੀ ਦੇ ਨਾਲ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਦਿੱਤੀ ਗਈ ਹੈ ਤੇ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਇਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਨਸ਼ਰ ਕੀਤੀ ਗਈ ਹੈ ਖਾਸ ਤੌਰ ਤੇ ਖਾਲਸ ਟੀਵੀ ਦੀ ਟੀਮ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਇਸ ਨਾਲੇ ਮੌਸਮ ਵਿਭਾਗ ਨੇ ਕੁਝ ਸਾਵਧਾਨੀਆਂ ਰੱਖਣ ਦੀ ਵੀ ਸਲਾਹ ਦਿੱਤੀ ਹੈ ਮੀਂਹ ਦੌਰਾਨ ਧਿਆਨ ਨਾਲ ਗੱਡੀ ਚਲਾਉਣ ਨੂੰ ਕਿਹਾ ਗਿਆ ਵੱਡੀ ਹੋਈ ਫਸਲ ਨੂੰ ਸੁਰੱਖਿਅਤ ਥਾਂ ਤੇ ਰੱਖਿਆ ਜਾਵੇ ਸੰਭਾਵਿਤ ਮੀਂਹ ਕਾਰਨ ਸਿੰਚਾਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਚਣ ਲਈ ਕਿਹਾ ਗਿਆ ਤੂਫਾਨ ਤੇ ਗੜੇਮਰੀ ਦੌਰਾਨ ਨੂੰ ਬਾਹਰ ਜਾਣ ਤੋਂ ਰੋਕਿਆ ਗਿਆ ਹੈ ਕਿ ਬਾਹਰ ਜਾਣ ਤੋਂ ਬਚੋ ਤੂਫਾਨ ਜਾਂ ਬਿਜਲੀ ਗਰਜਣ ਦੌਰਾਨ ਰੁੱਖਾਂ ਦੇ ਹੇਠਾਂ ਕਦੇ ਵੀ ਆਪਣੀ ਪਨਾਹ ਲੈ ਕੇ ਨਾ ਖੜੋ ਜਲ ਸਰੋਤਾਂ ਦੇ ਨੇੜੇ ਵੀ ਨਾ ਜਾਓ ਨਿਚਰਵਾਰ ਨੂੰ ਪੰਜਾਬ ਪੁਲਿਸ ਨੇ ਪੂਰੇ ਸੂਬੇ ਦੇ ਵਿੱਚ ਇੱਕੋ ਵਾਰ ਆਪਰੇਸ਼ਨ ਈਗਲ 2 ਮੁਹਿੰਮ ਚਲਾਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮਾਜ ਵਿਰੋਧੀ ਅੰਸਰਾਂ ਨੂੰ ਨੱਥ ਪਾਉਣ ਦੇ ਮਕਸਦ ਦੇ ਨਾਲ ਆਪਰੇਸ਼ਨ ਈਗਲ 2 ਦੇ ਤਹਿਤ ਪੂਰੇ ਸੂਬੇ ਦੇ ਵਿੱਚ ਸਾਰੀ ਪੁਲਿਸ ਨੇ ਇੱਕੋ ਵੇਲੇ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਖਾਸ ਚੈਕਿੰਗ ਕੀਤੀ ਫਰੀਦਕੋਟ ਰੇਂਜ ਦੇ ਆਈਜੀ ਪੀਕੇ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਇੱਥੇ バス ਛੱਡਿਆਂ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਸੰਵੇਦਨਸ਼ੀਲ ਥਾਵਾਂ ਤੋਂ ਇਲਾਵਾ ਵਾਹਨਾਂ ਦੀ ਚੈਕਿੰਗ ਵੀ ਕੀਤੀ ਪੰਜਾਬ ਪੁਲਿਸ ਦੇ ਵੱਲੋਂ ਪੂਰੇ ਸੂਬੇ ਦੇ ਵਿੱਚ ਦੂਸਰੀ ਵਾਰੀ ਇਹ ਚੈਕਿੰਗ ਕੀਤੀ ਗਈ ਹੈ ਜਿਸ ਨੂੰ ਆਪਰੇਸ਼ਨ ਈਗਲ ਦਾ ਨਾਮ ਦਿੱਤਾ ਗਿਆ ਇਸ ਤੋਂ ਪਹਿਲਾਂ ਇਸ ਮੁਹਿੰਮ ਤਹਿਤ 23 ਦਸੰਬਰ ਨੂੰ ਆਪਰੇਸ਼ਨ ਈਗਲ 1 ਦੇ ਤਹਿਤ ਸੂਬਾ ਭਰ ਦੇ ਵਿੱਚ ਚੈਕਿੰਗ ਕੀਤੀ ਗਈ ਸੀ ਤੇ ਪੁਲਿਸ ਨੇ ਕਿਹਾ ਹੈ ਕਿ ਸੂਬੇ ਦੇ ਵਿੱਚੋਂ ਨਸ਼ਿਆਂ ਤੇ ਗੈਂਗਸਟਰਾਂ ਦਾ ਸਫਾਇਆ ਹੋਣ ਤੱਕ ਅਜਿਹੇ ਅਚਾਨਕ ਆਪਰੇਸ਼ਨ ਜਾਰੀ ਰਹਿਣਗੇ ਮੰਨ ਲਓ ਕਿ ਡੀਜੀਪੀ ਸਾਹਿਬ ਨੇ ਈਗਲ 2 ਜਿਹੜਾ ਆਪਰੇਸ਼ਨ ਆ ਇਹ ਜਿਸ ਨੂੰ ਅਫਸਰ शुक्ला ਸਾਹਿਬ ਸਾਡੇ ਜਿਹੜਾ ਚੰਡੀਗੜ੍ਹ ਤੋਂ ਸੁਪਰਵਾਈਜ਼ ਕਰ ਰਹੇ ਨੇ ਔਰ ਉਹਦੇ ਰਿਗਾਰਡਿੰਗ ਜਿਹੜੇ ਆ ਡੀਜ਼ਲ 2 ਪੁਸ਼ੇਨ ਜਿਹੜਾ ਇੱਥੇ ਚਲਾਇਆ ਜਾ ਰਿਹਾ ਜਿਵੇਂ ਕਿ ਬਸਪੈਂਡ ਰੇਲਵੇ ਸਟੇਸ਼ਨ ਜਾਂ ਹੋਰ ਕੋਈ ਸਟੈਂਡ ਪਲੇਸ ਨੇ ਜਿਹੜੇ ਉਹਨਾਂ ਨੂੰ ਬਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ 11 ਵਜੇ ਤੋਂ ਲੈ ਕੇ 4 ਵਜੇ ਤੱਕ ਔਰ ਉਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਸੈਂਸਟਿਵ ਪੁਆਇੰਟਸ ਉੱਤੇ ਲਾਏ ਗਏ ਨੇ ਇਹਦਾ ਮੇਨ ਮੰਤਵ ਜਿਹੜਾ ਆ 26 ਜਨਵਰੀ ਔਰ ਜਿਹੜੀ ਆਮ ਪਬਲਿਕ ਹੈ ਉਹ ਸੁਰੱਖਿਤਰ ਰਹੇ 26 ਜਨਵਰੀ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਬੜੀ ਸ਼ਾਂਤ ਮਾਨ ਨਾਲ ਨਿਕਲ ਜਾਵੇ ਔਰ ਮਾੜੇ ਅਨਸਰਾਂ ਨੂੰ ਜਿਹੜਾ ਹੈ ਆਪਣੇ ਡੇਰੇ ਦੇ ਵਿੱਚ ਸਾਧਵੀਆਂ ਦੇ ਨਾਲ ਜਬਰਜਨਾਹ ਪੱਤਰਕਾਰ रामचंद्र ਛਤਰਪਤੀ ਅਤੇ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਡੇਰਾ ਸਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ 14 ਮਹੀਨਿਆਂ ਦੇ ਵਿੱਚ ਚੌਥੀ ਵਾਰੀ ਫੇਰ ਪੈਰੋਲ ਤੇ ਬਾਹਰ ਆ ਗਿਆ ਹੈ ਬਲਾਤਕਾਰ ਤੇ ਕਤਲ ਦੇ ਇਸ ਦੋਸ਼ੀ ਨੂੰ ਹਰਿਆਣਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੈਰੋਲ ਦਿੱਤੀ ਗਈ ਹੈ ਡੇਰਾ ਮੁਖੀ ਨੂੰ ਇਹ ਪੈਰੋਲ ਮਹਿਜ਼ 54 ਦਿਨਾਂ ਬਾਅਦ ਮਿਲ ਗਈ ਹੈ ਤੇ ਵੱਡੀ ਗੱਲ ਹੈ ਕਿ 40 ਦਿਨਾਂ ਦੇ ਲਈ ਫੇਰ ਪੈਰੋਲ ਮਿਲੀ ਹੈ ਇਸ ਨੇ ਅਰਜ਼ੀ ਦਿੱਤੀ ਸੀ ਕਿ 25 ਜਨਵਰੀ ਨੂੰ ਡੇਰੇ ਦੇ ਵਿੱਚ ਡੇਰਾ ਸਰਸਾ ਦੇ ਵਿੱਚ ਜਿਹੜੇ ਡੇਰੇ ਦੇ ਸਾਬਕਾ ਮੁਖੀ ਨੇ ਮਰਹੂਮ ਮੁਖੀ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਣਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਉਹਦੇ ਵਿੱਚ ਰਾਮ ਨਹਿਮ ਸ਼ਾਮਲ ਹੋਣਾ ਚਾਹੁੰਦਾ ਸੀ ਤੇ ਕਾਰ ਨੇ ਇਸ ਦੀ ਬੇਨਤੀ ਮੰਨ ਲਈ ਹੈ ਇੱਕ ਵੱਡੇ ਦੋਸ਼ੀ ਨੂੰ ਜਿਹੜਾ ਹੈਗਾ ਪੈਰੋਲ ਤੇ ਜੇਲ੍ਹੋਂ ਬਾਹਰ ਕੱਢ ਦਿੱਤਾ ਗਿਆ ਹੈ ਸੂਤਰਾਂ ਮੁਤਾਬਕ ਉਸ ਦਾ ਕਾਫਲਾ ਯੂਪੀ ਦੇ ਬਾਗਪਤਵਾਲੀ ਰਵਾਨਾ ਹੋਇਆ ਜਿੱਥੇ ਉਹ ਵਰਨਾਵਾ ਆਸ਼ਰਮ ਦੇ ਵਿੱਚ ਰੁਕੇਗਾ ਹਾਲਾਂਕਿ ਐਤਕੀ ਰਾਮ ਰਹੀਮ ਨੇ ਡੇਰਾ ਸਿਰਸਾ ਜਾਣ ਦੀ ਇਜਾਜ਼ਤ ਮੰਗੀ ਸੀ ਉਹ ਤਾਂ ਨਹੀਂ ਮਿਲੀ ਹੋ ਸਕਦਾ ਹੈ ਉਹਦੇ 40 ਦਿਨਾਂ ਦੇ ਵਿੱਚ ਮਿਲੀ ਹੋਵੇ ਜਾਣ ਦੇ ਲਈ ਪਰ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਸਾਡੇ ਕੋਲ ਨਹੀਂ ਹੈ ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵੇਲੇ ਅਤੇ ਉਸ ਤੋਂ ਬਾਅਦ ਲੰਗੇ ਅਕਤੂਬਰ ਮਹੀਨੇ ਯਾਨੀ ਕਿ 2022 ਦੇ ਹੀ ਅਕਤੂਬਰ ਮਹੀਨੇ ਦੇ ਵਿੱਚ ਪੈਰੋਲ ਮਿਲੀ ਸੀ ਤੇ ਹੁਣ ਤੱਕ RAM REEM ਨੂੰ 14 ਮਹੀਨਿਆਂ ਦੇ ਵਿੱਚ 91 ਦਿਨਾਂ ਦੀ ਜਿਹੜੀ ਪੈਰੋਲ ਮਿਲ ਚੁੱਕੀ ਹੈ ਇਸ ਤੋਂ ਪਹਿਲਾਂ ਫਰਲੋ ਵੀ ਮਿਲੀ ਸੀ ਗੁਰਮੀਤ RAM REEM ਸਾਧਵੀ ਯੋਨ ਸੋਸ਼ਨ ਮਾਮਲੇ ਦੇ ਵਿੱਚ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ 20 ਸਾਲ ਅਤੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਪੋਕਤਰੇ ਹੈ ਜਾਨੀ ਕਿ ਦੋਵਾਂ ਮਾਮਲਿਆਂ ਦੇ ਵਿੱਚ ਉਹ ਮਰਕਜ਼ੀ ਦੀ ਸਜ਼ਾ ਕੱਟ ਰਿਹਾ ਤੇ ਹਰਿਆਣੇ ਦੀ ਸਰਕਾਰ ਲਗਾਤਾਰ ਮਿਹਰਬਾਨੀਆਂ ਦਿਖਾ ਰਹੀ ਹੈ ਤੇ ਸੌਦਾ ਸਾਧ ਦੇ ਪੈਰੋਲ ਤੇ ਬਾਹਰ ਆ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਹੈ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੇਸ਼ ਦੇ ਵਿੱਚ ਸਿੱਖਾਂ ਤੇ ਬਲਾਤਕਾਰੀਆਂ ਦੇ ਲਈ ਕਾਨੂੰਨ ਵੱਖੋ-ਵੱਖਰੇ ਨੇ ਕਿਉਂਕਿ ਇੱਕ ਕਾਤਲ ਤੇ ਬਲਾਤਕਾਰੀ ਨੂੰ ਤਾਂ ਹਰ ਡੇਢ ਮਹੀਨੇ ਬਾਅਦ ਪੈਰੋਲ ਮਿਲ ਜਾਂਦੀ ਹੈ ਪਰ ਪੰਜਾਬ ਦੀਆਂ ਜੇਲਾਂ ਤੇ ਪੂਰੇ ਦੇਸ਼ ਦੀਆਂ ਜ਼ਿਲ੍ਹਿਆਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਸਰਕਾਰ ਰਿਹਾਨੀ ਕਰ ਰਹੀ ਜਦ ਕਿ ਉਹਨਾਂ ਦਾ ਵੀ ਜੇਲ੍ਹ ਵਿਚ ਰਿਕਾਰਡ ਬਹੁਤ ਚੰਗਾ ਹੈ ਕਿਉਂਕਿ ਹਰਿਆਣੇ ਦੀ ਜਿਹੜੀ ਸਰਕਾਰ ਹੈ ਜੇਲ੍ਹ ਪ੍ਰਸ਼ਾਸਨ ਹੈ ਉਥੋਂ ਦੇ ਅਧਿਕਾਰੀ ਨੇ ਉਹ ਇਹ ਕਹਿ ਕੇ ਹੀ ਪੈਰੋਲ ਮਨਜ਼ੂਰ ਕਰਦੇ ਨੇ ਕਿ ਇਸ ਦਾ ਜੇਲ੍ਹ ਦੇ ਵਿੱਚ ਵਿਵਹਾਰ ਬਹੁਤ ਚੰਗਾ ਹੈ ਤੇ ਬਹੁਤ ਸਾਰੇ ਬੰਦੀ ਸਿੰਘ ਅਜਿਹੇ ਨੇ ਜਿਨ੍ਹਾਂ ਦੇ ਵਿਵਹਾਰ ਜੇਲ੍ਹ ਦੇ ਵਿੱਚ ਬਹੁਤ ਚੰਗੇ ਨੇ ਉਹਨਾਂ ਦੀਆਂ ਰਿਪੋਰਟਾਂ ਮੂੰਹੋਂ ਬੋਲਦੀਆਂ ਨੇ ਪ੍ਰਤਾਪ ਸਿੰਘ ਨੇ ਕਿਹਾ ਕਿ ਰਾਮ ਰਹੀਮ ਦੇ ਬਾਹਰ ਆਉਣ ਨਾਲ ਪੰਜਾਬ ਦੇ ਮਾਹੌਲ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਹਰ ਵਾਰੀ ਜਦੋਂ ਆਉਂਦਾ ਤਾਂ ਤਣਾਅ ਪੈਦਾ ਹੋ ਜਾਂਦਾ ਕਿਉਂਕਿ ਬਾਹਰ ਆ ਕੇ ਸੌਦਾ ਸਾਧ ਜਾਣ ਬੁੱਝ ਕੇ ਜਈਆਂ ਹਰਕਤਾਂ ਕਰਦਾ ਜਿਸ ਨਾਲ ਡੇਰਾ ਪ੍ਰੇਮੀਆ ਤੇ ਸਿੱਖਾਂ ਦੇ ਵਿੱਚ ਪਾੜਾ ਵਧਣ ਦੇ ਜਿਹੜੇ ਹਾਲਾਤ ਬਣ ਜਾਂਦੇ ਨੇ ਉਹਨਾਂ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘ ਜਿਹੜੇ ਕਿ ਪਹਿਲਾਂ ਹੀ ਇੰਨੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਆਪਣੀ ਸਜ਼ਾ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਰਾਮ ਰਹੀਮ ਨੂੰ ਮੁੜ ਜੇਲ੍ਹ ਭੇਜਿਆ ਜਾਵੇ ਜਿਹੜੇ ਅਜੇ ਬਰਾਤਕਾਰ ਹੀ ਨੇ ਜਿਹੜੇ ਕਾਤਲ ਨੇ ਉਹਨਾਂ ਨੂੰ ਹਰ ਇਹੜੀ ਭਾਜਪਾ ਸਰਕਾਰ ਜਾਂ ਸਟੇਟ ਦੀ ਹਰਿਆਣਾ ਸਟੇਟ ਦੀ ਸਰਕਾਰ ਆ ਉਹਨੂੰ ਹਰ ਡੇਢ ਦੋ ਮਹੀਨੇ ਬਾਅਦ ਉਹਨੂੰ ਬਾਹਰ ਕੱਢ ਕੇ ਜੇ ਉਹ ਤਾਂ ਬਾਹਰ ਲਿਆ ਆਗੇ ਪਤਾ ਨਹੀਂ ਕੀ ਮਜਬੂਰੀਆਂ ਸਰਕਾਰ ਦੀ ਕਿ ਉਹ ਉਹਨੂੰ ਬਾਹਰ ਲਿਆ ਆਗੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਜੇ 라ਵਰੀ ਬਾਹਰ ਹੁੰਦਾ ਹੈ ਤੇ ਇਹਦੇ ਨਾਲ ਪੰਜਾਬ ਦਾ ਮਾਹੌਲ ਜ਼ਰੂਰ ਖਰਾਬ ਹੋਏਗਾ ਕਿਉਂਕਿ ਇਹ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏਗਾ ਜਦੇ ਨਾਲ ਸਿੱਖਾਂ ਜਤੇ ਡੇਰਾ ਪ੍ਰੇਮੀਆਂ ਚ ਪਾੜਾ ਨਾ ਵਧੇ ਇਹਨੇ ਅਜਿਹੀ ਹਰਕਤਾਂ ਕਰਨੀਆਂ ਨੇ ਜਿਨ੍ਹਾਂ ਨਾਲ ਇਹਨਾਂ ਦੋਵਾਂ ਫਿਰਕਿਆਂ 'ਚ ਪਾੜਾ ਵਧੇਗਾ ਤਾਂ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਇਹ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨੂੰ ਜੇਲ੍ਹ ਤੋਂ ਬਾਰ-ਬਾਰ ਰਿਹਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਐਸਜੀਪੀਸੀ ਦੇ ਜਰਨਲਿਸਟ ਕਤਰ ਤੇ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਗਰੀਵਾਲ ਦੇ ਪ੍ਰਧਾਨ ਪਾਇ ਗੁਰਚਰਨ ਸਿੰਘ ਗਰੀਵਾਲ ਨੇ ਕਿਹਾ ਕਿ ਬਲਾਤਕਾਰ ਵਰਗੇ سنگੀਨ ਦੋਸ਼ਾਂ ਦੇ ਤਹਿਤ ਜੇਲ੍ਹ ਚ ਬੰਦਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰੀ ਫਿਰ 40 ਦਿਨਾਂ ਦੀ ਪੈਰੋਲ ਦੇਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ ਕਿਉਂਕਿ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਵੀ ਸਿੱਖ ਬੰਦੀਆਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਨੂੰ ਪਿਛਲੇ 1 ਸਾਲ ਚ ਚੌਥੀ ਵਾਰੀ ਪੈਰੋਲ ਮਿਲ ਰਹੀ ਹੈ ਜਦਕਿ ਭ ਘੰਟੇ ਦੀ ਪੈਰੋਲ ਮਿਲੀ ਸੀ ਜਦੋਂ ਉਹਨਾਂ ਦੇ ਪਿਤਾ ਇਸ ਦੁਨੀਆ ਤੋਂ ਕੂਚ ਕਰ ਗਏ ਸਨ ਤੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਘੰਟੇ ਦੀ ਪੈਰੋਲ ਮਿਲੀ ਸੀ ਸੋ ਤੱਥ ਸਭ ਦੇ ਸਾਹਮਣੇ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਅਰਜ਼ੀ ਦੇਣ ਦੇ ਨਾਲ ਹੀ ਪੈਰੋਲ ਮਿਲ ਜਾਂਦੀ ਹੈ ਪਰ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਲਈ ਸਿੱਖ ਕੌਮ ਨੂੰ ਪਤਾ ਨਹੀਂ ਕਿੰਨੇ ਕਵਰੇ ਧਰਨੇ ਲਾਉਣੇ ਪਏ ਨੇ ਤੇ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਸਿੰਘਾਂ ਦਾ ਮੋਰਚਾ ਇਸੇ ਮੰਗ ਨੂੰ ਲੈ ਕੇ ਫਿਰ ਤੋਂ ਚੱਲ ਰਿਹਾ ਹੈ ਤੇ ਭਖਿਆ ਹੋਇਆ ਭਿਆ ਕਰਕੇ ਸਾਲ ਚੌਥੀ ਵਾਰ ਰਿਹਾ ਕਰਕੇ ਕੀ ਕਰਨਾ ਚਾਹੁੰਦੇ ਨੇ ਪਿਛਲੇ ਦਿਨੀ ਜਿਹੜੀਆਂ ਚੋਣਾਂ ਹੋਈਆਂ ਸੀ ਹਰਿਆਣਾ ਜਾਂ ਹੋਰ ਖਾਂ ਦੇ ਉੱਤੇ ਉਦੋਂ ਵੀ ਉਹਨੂੰ ਰਿਆ ਕੀਤਾ ਗਿਆ ਉਹਨਾਂ ਚੋਣਾਂ ਵਿੱਚ ਬੀਜੇਪੀ ਨੂੰ ਸਖਸ਼ਤ ਦਾ ਮੂੰਹ ਵੀ ਦੇਖਣਾ ਪਿਆ ਸੋ ਇਹ ਇਹ ਜਿਹੜੀ ਬੀਜੇਪੀ ਆ ਕੀ ਹੁਣ ਇੰਨਾ ਘਾੜ ਰਗਵਾ ਚੁੱਕੀ ਆ ਕਿ ਉਹ ਸੌਦਾ ਸਾਧ ਦੇ ਪ੍ਰਭਾਵ ਦੇ ਨਾਲ ਇਹ ਚੋਣਾਂ ਜਿੰਨਾ ਚਾਹੁੰਦੀ ਆ ਦੇਖ ਕੇ ਰਾਜ ਕਰਨਾ ਚਾਹੁੰਦੀ ਆ ਬੜੀ ਸ਼ਰਮਨਾਕ ਗੱਲ ਆ ਅਸੀਂ ਤਾਂ ਬਹੁਤ ਦੇਰ ਦਾ ਪਹਿਲਾਂ ਹੀ ਇਹ ਗੱਲ ਕਰ ਰਹੇ ਆ ਕਿ ਦੇਸ਼ ਦੇ ਅੰਦਰ ਕਾਨੂੰਨ ਸਿਖਾ ਲਈ ਵੱਖਰਾ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਬਲਵੰਤ ਸਿੰਘ ਰਾਜਵਾਨ ਨੂੰ 1 ਘੰਟੇ ਦੀ ਪ੍ਰੋਲ ਮਿਲੀ ਅੱਜ ਤੱਕ ਅੱਜ ਤੱਕ 27 ਸਾਲ ਦੇ ਵਿੱਚ 1 ਘੰਟੇ ਦੀ ਪ੍ਰੋਲ ਉਹ ਵੀ ਆਪਣੇ ਪਿਤਾ ਦੇ ਭੋਗ ਤੇ ਸੰਸਕਾਰ ਤੇ ਵੀ ਨਹੀਂ ਸੀ ਮਿਲੀ ਸੋ ਇਹ ਜਿਹੜਾ ਕਾਨੂੰਨ ਹੈ ਇਹ ਮੂੰਹ ਚੜਾ ਰਿਹਾ ਸਿੱਖਾਂ ਨੂੰ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਬਖਰਾ ਦਿੱਲੀ ਮੈਲਾ ਕਮਿਸ਼ਨ ਦੀ ਚੇਅਰ ਪਰਸਨ ਸੁਆਤੀ ਮਾਲੀਵਾਲ ਨੇ ਐਰ ਕੀ ਫੇਰ ਡੇਰਾ ਸਾਧ ਦੀ ਰਿਹਾਈ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ ਤਿੱਖੇ ਸਵਾਲ ਦਾਗਦਿਆਂ ਮਾਲੀਵਾਲ ਨੇ ਪੁੱਛਿਆ ਟਵਿੱਟਰ ਤੇ ਕਿ ਇਹ ਬੁਲਾਤਕਾਰੀ ਕਾਤਲ ਨੂੰ ਰਿਹਾ ਕੀਤਾ ਜਾ ਰਿਹਾ ਜਾਂ ਫਿਰ ਆਪਣੇ ਜਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਦੀ ਸੁਰੱਖਿਆ ਤੇ ਕਿੰਨੇ ਕਰੋੜ ਰੁਪਏ ਖਰਚ ਹੋਏ ਨੇ ਉਸ ਨੂੰ ਜੇਲ੍ਹ ਦੇ ਵਿੱਚ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਸਰਕਾਰ ਦੇ ਵਿੱਚ ਕਿਹੜਾ ਮੰਤਰੀ ਉਸ ਦਾ ਸ਼ਰਧਾਲੂ ਹੈ ਆਪਣੇ ਟਵੀਟ ਦੇ ਵਿੱਚ ਚੇਅਰ ਪਰਸਨ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਡੇਰਾ ਸਾਧ ਨੂੰ ਭਾਰੀ ਖਿਆ ਹੈਟ ਉਸਦੇ ਬਾਗਪਤ ਆਸ਼ਰਮ ਦੇ ਵਿੱਚ ਲਜਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਸਵਾਤੀ ਮਾਲੀਵਾਲ ਨੇ ਕਈ ਟਵੀਟ ਕੀਤੇ ਸਨ ਜਿਸ ਵਿੱਚ ਤੰਜ ਕਸਦਿਆਂ ਕਿਹਾ ਸੀ ਕਿ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੁਣ ਪਾਰ ਹੋ ਚੁੱਕੀਆਂ ਨੇ ਬਲਾਤਕਾਰੀ ਰਾਮਦੀਵ ਨੂੰ ਇੱਕ ਵਾਰੀ ਫੇਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ ਯਾਨੀ ਕਿ 40 ਦਿਨਾਂ ਦੇ ਲਈ ਉਸ ਨੂੰ ਫੇਰ ਖੁੱਲਾ ਛੱਡ ਦਿੱਤਾ ਗਿਆ ਉਹਨਾਂ ਨੇ ਦੇਸ਼ ਵਾਸੀਆਂ ਨੂੰ ਆਪਣੀਆਂ ਧੀਆਂ ਨੂੰ ਬਚਾਉਣ ਦੀ ਅਪੀਲ ਵੀ ਕੀਤੀ ਹੈ ਕਿਉਂਕਿ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਸੌਦਾ ਸਾਧ ਵਰਗੇ ਬਲਾਤਕਾਰੀ ਆਜ਼ਾਦ ਘੁੰਮ ਰਹੇ ਨੇ ਇਸ ਕਰਕੇ ਇਹਨਾਂ ਤੋਂ ਆਪਣੀਆਂ ਧੀਆਂ ਨੂੰ ਬਚਾ ਕੇ ਰੱਖਿਓ ਤੇ ਇੱਕ ਪਾਸੇ ਜਿੱਥੇ ਸਦਾ ਸਾਦ ਨੂੰ ਮਿਲੀ ਪੈਰੋਲ ਦੀ ਤਿੱਖੀ ਆਲੋਚਨਾ ਹੋ ਰਹੀ ਹੈ ਤਾਂ ਦੂਸਰੇ ਪਾਸੇ ਬੀਜੇਪੀ ਦੇ ਲੀਡਰ ਇਸ ਪੈਰੋਲ ਨੂੰ ਡਿਫੈਂਡ ਕਰ ਰਹੇ ਨੇ ਜਸਟੀਫਾਈ ਕਰ ਰਹੇ ਨੇ ਪੰਜਾਬ ਤੋਂ ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਡੇਰਾ ਸਾਦ ਨੂੰ ਮਿਲੀ ਪੈਰੋਲ ਨੂੰ ਜਾਇਜ਼ ਤੇ ਕਾਨੂੰਨਾਂ ਦੇ ਅਧੀਨ ਹੋਈ ਕਾਰਵਾਈ ਦੱਸਿਆ ਹੈ ਕਿਹਾ ਕਿ ਇਸ ਤੇ ਇਤਰਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਕੁਝ ਲੋਕ ਇਸ ਨੂੰ ਲੈ ਕੇ ਅਦਾਲਤ ਵੀ ਗਏ ਸਨ ਪਰ ਉਹਨਾਂ ਨੂੰ ਵੀ ਖਾਲੀ ਹੱਥ ਮੁਰਦਣਾ ਪਿਆ ਸਾਰਾ ਕੁਝ ਕਾਨੂੰਨ ਦੇ ਦਾਇਰੇ ਦੇ ਵਿੱਚ ਹੋਇਆ ਕਹਿੰਦੇ ਜੇ ਰਾਮ ਰਹੀਮ ਦੇ ਬਾਹਰ ਆਉਣ ਨਾਲ ਕਿਸੇ ਵੀ ਕਿਸਮ ਦਾ ਖਤਰਾ ਉਤਪੰਨ ਨਹੀਂ ਹੁੰਦਾ ਤਾਂ ਉਸ ਨੂੰ ਪੈਰੋਲ ਦੇਣ ਤੇ ਕੀ ਤਕਲੀਫ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਪਿਛਲੀ ਵਾਰੀ ਪੈਰੋਲ ਤੇ ਬਾਹਰ ਆਇਆ ਸੀ 40 ਦਿਨਾਂ ਦੀ ਛੁੱਟੀ ਉਦੋਂ ਮਿਲੀ ਸੀ ਜੇਲ੍ਹ ਦੇ ਵਿੱਚੋਂ ਉਦੋਂ ਇਸ ਨੇ ਆਨਲਾਈਨ satsang ਵੀ ਕੀਤੇ ਸਨ ਅਤੇ ਭਾਜਪਾ ਦੇ ਕਈ ਲੀਡਰ ਇਸ ਦੇ ਪੈਰਾਂ ਦੇ ਵਿੱਚ ਜਾ ਕੇ ਵੀ ਮੱਥਾ ਪੈਰਾਂ ਦੇ ਵਿੱਚ ਜਾ ਕੇ ਬੈਠੇ ਸਨ ਮੱਥਾ ਟੇਕਿਆ ਸੀ ਤੇ ਇਸ ਨੇ ਆਪਣੇ ਤਿੰਨ ਗਾਣੇ ਵੀ ਰਿਲੀਜ਼ ਕੀਤੇ ਸਨ ਯਾਨੀ ਕਿ ਜਿਹੜੀ ਪਹਿਲਾਂ ਇਹ ਜ਼ਿੰਦਗੀ ਜਿਉਂਦਾ ਸੀ ਉਸੇ ਜ਼ਿੰਦਗੀ ਨੂੰ ਇਹ 40 ਦਿਨਾਂ ਦੇ ਵਿੱਚ ਪੂਰਾ ਮਾਣ ਕੇ ਗਿਆ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਉੱਚ ਦਰਜੇ ਦੀ ਬਣਾਉਣ ਦਾ ਦਾਵਾ ਕੀਤਾ ਸੀ ਪਰੋਸਾ ਦਿੱਤਾ ਸੀ ਤੇ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੇ ਚਰਵਾਰ ਨੂੰ ਪੰਜਾਬ ਦੇ ਪਹਿਲੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ 9ਵੀਂ ਤੋਂ ਲੈ ਕੇ 12ਵੀਂ ਤੱਕ ਬੱਚਿਆਂ ਦੇ ਲਈ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਉਦਘਾਟਨ ਇੰਡੀਅਨ ਸਕੂਲ ਆਫ ਬਿਜ਼ਨਸ ਮੁਹਾਲੀ ਦੇ ਵਿੱਚ ਕੀਤਾ ਗਿਆ ਜਿਸ ਤੇ ਪਹਿਲੇ ਪੜਾਅ ਦੇ ਵਿੱਚ 117 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੇ ਵਿੱਚ ਅੱਜ ਦੇ ਦਿਨ ਨੂੰ ਇਤਿਹਾਸਿਕ ਦੱਸਦਿਆਂ ਐਲਾਨ ਵੀ ਕੀਤਾ ਕਿ ਸ਼ੁਰੂ ਹੋਣ ਵਾਲੇ ਸਾਰੇ 117 ਐਮਨੈਂਸ ਸਕੂਲਾਂ ਦੇ ਨਾਮ ਸ਼ਹੀਦਾ ਅਤੇ ਆਜ਼ਾਦੀ ਕੁਲਾਟੀਆਂ ਦੇ ਨਾਮ ਤੇ ਰੱਖੇ ਜਾਣਗੇ ਤੇ ਉਹਨਾਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਸੂਬੇ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਵੇਗੀ ਹਾਲਾਂਕਿ ਸੀਐਮ ਨੇ ਐਮਨੈਂਸ ਸਕੂਲਾਂ ਦੀ ਸਕੀਮ ਦਿੱਲੀ ਤੋਂ ਸਿੱਧ ਲੈ ਕੇ ਚਾਲੂ ਕਰਨ ਦਾ ਵੀ ਦਾਅਵਾ ਕੀਤਾ ਉਹ ਫਰਾਂਸ ਇੰਨੇ ਮੁਸ਼ਕਲ ਹਾਲਾਤਾਂ ਚ ਜਿੱਥੇ ਦੀ ਐ ਲੈਂਗੁਏਜ ਸਾਨੂੰ ਸਮਝ ਨਹੀਂ ਆਉਂਦੀ ਫ੍ਰੈਂਚ ਵਗੈਰਾ ਉੱਥੇ ਜਾ ਕੇ ਝੰਡੇ ਗੱਡੇ ਹੋਏ ਇਸ ਦਾ ਸਿਰਫ ਆਈਡੀਆ ਨਾਲ ਸੋ ਅਸੀਂ ਮਿਹਨਤੀ ਕੰਮ ਹੈ ਜਿਹੜੇ ਏਸ਼ ਧਰਤੀ ਐ ਸ਼ਹੀਦਾਂ ਗੁਰੂਆਂ ਪੀਰਾਂ ਦਾ ਅਸ਼ੀਰਵਾਦ ਐ ਤੇ ਜਿਹੜੇ ਸਕੂਲ ਨੇ 117 ਇਹਨਾਂ ਦੇ ਨਾਮ ਵੀ ਜਿਹੜੇ ਨੇ ਉਹ ਸ਼ਹੀਦਾਂ ਤੇ ਫ੍ਰੀडम फाइਟਰਾਂ ਦੇ ਨਾਮ ਤੇ ਰੱਖੇ ਜਾਣ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਕੌਣ ਸੀ ਉਹ ਜਿਨ੍ਹਾਂ ਕਰਕੇ ਆਪਾਂ ਆਜ਼ਾਦ ਫਿਜ਼ਾ 'ਚ ਸਾਹ ਲੈਨੇ ਆ ਜਿਨ੍ਹਾਂ ਕਰਕੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਫਿਰਦੇ ਆ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਮਾਨੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦਾ ਦਾਵਾ ਕਰਦੇ ਹਾਂ ਕਿ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਇੱਕੋ ਜਿਹੀ ਹੋਵੇਗੀ ਸਿੱਖਿਆ ਦੇ ਢੰਗ ਵੀ ਬਦਲੇ ਜਾਣਗੇ ਤੇ ਉਮੀਦ ਜਿਤਾਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਲੋਕ ਇਹਨਾਂ ਸਕੂਲਾਂ ਨੂੰ ਦੇਖਣ ਲਈ ਬਾਹਰੋਂ ਆਇਆ ਕਰਨਗੇ ਅੱਜ ਦੇ ਇਸ ਜ਼ਮਾਨੇ 'ਚ ਸਕੂਲ ਆਫ ਫੈਮਿਨਸ 21 ਜਨਵਰੀ ਹੈ ਤੇ ਕੰਮ 21ਵੀਂ ਸਦੀ ਦਾ ਹੈ ਕੰਮ ਇਹ 22ਵੀਂ ਸਦੀ ਦਾ ਹੈ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਉਮੀਦ ਕਰਦਾ ਉਮੀਦ ਕਰਦਾ ਕਿ ਜਦੋਂ ਸਕੂਲ ਆਫ ਐਮਿਨੈਂਸ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਤਾਂ ਫਿਰ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਉਹ ਆਪਣੇ ਕੋਲੇ ਪੁੱਛਣ ਆਉਣਗੀਆਂ ਜਿਵੇਂ ਦਿੱਲੀ ਜਾਂਦੇ ਆ ਤਾਂ ਲੋਕ ਦਿੱਲੀ ਦੇਖਣ ਜਾਂਦੇ ਆ ਸਕੂਲਾਂ ਨੂੰ ਫੋਰਨ ਤੋਂ ਵੀ ਆਉਂਦੇ ਆ ਦਿੱਲੀ ਦੇ ਸਕੂਲ ਦੇਖਣਾ ਚਾਹੁੰਦੇ ਨੇ ਇਸੇ ਤਰ੍ਹਾਂ ਹੀ ਫਿਰ ਆਪਾਂ ਉਹਨਾਂ ਨੂੰ ਬੜੇ ਮਾਣ ਨਾਲ ਪੰਜਾਬ ਦੇ ਸਕੂਲ ਦਿਖਾਈਏ ਜਿਸ ਤਰ੍ਹਾਂ ਬੱਚੇ ਅੱਜ ਹਰ ਇੱਕ ਸਕੂਲ ਦੇ ਅਲੱਗ-ਅਲੱਗ ਸਕੂਲਾਂ ਤੋਂ ਕੋਈ ਪੇਂਟਿੰਗ ਦੇ ਵਿੱਚ ਸੀਗਾ ਕਿਸੇ ਨੇ ਰੋਬੋਟ ਬਣਾਇਆ 컬러 ਕੋਡਿੰਗ ਵਾਲਾ ਕਿਸੇ ਨੇ ਆਰਗੈਨਿਕ ਸਪਰੇ ਬਣਾਈ ਕਿਸੇ ਨੇ ਦੁੱਧ ਵਗੈਰਾ ਜਾਂ ਜਿਹੜੀ ਹਲਦੀ ਹੈ ਜੀ ਮਿਲਾਵਟੀ ਚੀਜ਼ਾਂ ਉਹਨਾਂ ਨੂੰ ਚੈੱਕ ਕਰਨ ਵਾਲਾ ਉਹ ਜਿਹੜਾ ਉਹ ਸੋਲੂਸ਼ਨ ਉਹਦਾ ਕੱਢਿਆ ਕਿ ਆਹ ਬਣਾ ਸਕਦੇ ਆ ਸੋ ਇਹ ਬਹੁਤ ਵਧੀਆ ਗੱਲ ਹੈ ਵਿਰੋਧੀਆਂ ਤੇ ਵਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਸੱਤਾ ਖੁੱਸਣ ਕਰਕੇ ਇਹ ਸਾਰੇ ਐਨੇ ਬੁਖਲਾ ਚੁੱਕੇ ਨੇ ਕਿ ਹਰ ਵੇਲੇ ਮੈਨੂੰ ਹੀ ਕੋਸਦੇ ਰਹਿੰਦੇ ਨੇ ਨਿੰਦਦੇ ਰਹਿੰਦੇ ਨੇ ਬਹੁਤ ਪਰੇਸ਼ਾਨ ਸੀ ਯਾਰ ਹਰ ਗੱਲ ਕਿਸੇ ਤਰੀਫ ਨਹੀਂ ਕਰਦਾ ਇੱਕ ਵਾਰੀ ਉਹਨਾਂ ਦੇ ਦੋਸਤਾਂ ਨੂੰ ਕੀ ਹੋਇਆ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਤੇ ਤੁਰਦਾ ਸੀ ਕਹਿੰਦੇ ਲੈ ਇਹ ਜੋ ਨਹੀਂ ਘਟ ਸਕਦਾ ਇਹ ਉਹਨੂੰ ਕਹਿੰਦੇ ਆ ਜਾ ਬਈ ਲਿਆਂਦਾ ਟੋਬੇ ਦੇ ਵਿੱਚ ਕੁੱਤਾ ਛੱਡਦਾ ਇਧਰੋਂ ਕੁੱਤਾ ਤੁਰ ਕੇ ਪਾਣੀ ਦੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਕਹਿੰਦੇ ਦੱਸ ਬੀਜ ਦੇ ਬਾਰੇ ਹੁਣ ਕੀ ਕਹੇਗਾ ਕਹਿੰਦਾ ਮੈਂ ਸਮਝ ਗਿਆ ਇਹ ਤਾਂ ਮਾਲ ਕੋਈ ਕੁੱਤੇ ਨੂੰ ਤੈਰਨਾ ਨਹੀਂ ਆਉ ਮਤਲਬ ਉਹਨੇ ਨੰਨਾ ਪਾਉਣੀ ਪਾਣਾ ਹੈ ਮਤਲਬ ਇਹ ਉਹੀ ਨੇ ਸੋ ਉਹਨਾਂ ਦੀ ਪਰਵਾਹ ਨਾ ਕਰਿਆ ਕਰੋ ਦੁਨੀਆ ਤਰੱਕੀ ਕਰੋ ਬਾਜ ਉਹਨੇ ਹੀ ਉੱਚਾ ਉੱਡਦਾ ਹੁੰਦਾ ਜਿੰਨੀ ਹਵਾ ਉਹਦੇ ਵਿਰੁੱਧ ਹੋਵੇ ਸੋ ਬਾਜ ਬਣੋ ਤੇ ਉਹ ਡਾਰੀਆਂ ਮਾਰੋ ਬਹੁਤ ਇਸ ਮੌਕੇ ਸੀਐਮ ਨੇ ਧੀਆਂ ਦੀ ਗੱਲ ਖਾਸ ਤੌਰ ਤੇ ਕੀਤੀ ਅਤੇ ਖਾਸ ਅੰਦਾਜ਼ ਦੇ ਵਿੱਚ ਕੀਤੀ ਧੀਆਂ ਨੂੰ ਚੰਗੇ ਮੌਕੇ ਦੇਣ ਦਾ ਸੁਨੇਹਾ ਦਿੱਤਾ ਜੇ ਕੋਈ ਲਾਇਕ ਬੱਚੀ ਕੁਝ ਕਰਨਾ ਚਾਹੁੰਦੀ ਹੈ ਜ਼ਿੰਦਗੀ ਵਿੱਚ ਉਸ ਨੂੰ ਕਰਨ ਦੇਣਾ ਚਾਹੀਦਾ ਨਾ ਕਿ ਉਸ ਦੇ ਰਾਹ ਦਾ ਰੋੜਾ ਬਣਨਾ ਚਾਹੀਦਾ ਇਸ ਮੌਕੇ ਸੀਐਮ ਮਾਨ ਨੇ ਇੱਕ ਕਵਿਤਾ ਧੀਆਂ ਦੇ ਲਈ ਪੇਸ਼ ਕੀਤੀ ਉਹ ਤੁਹਾਨੂੰ ਸੁਣਾਉਂਦੇ ਆ ਮੈਨੂੰ ਮੁੰਡੇ ਅੱਗੇ ਨੀਵੀਂ ਪਾ ਕੇ ਬਹਿਣ ਨੂੰ ਕਿਹਾ ਗਿਆ ਸਿਰਫ ਤੇ ਸਿਰਫ ਹਾਂ ਕਹਿਣ ਨੂੰ ਕਿਹਾ ਗਿਆ ਜਦੋਂ ਉਹਨੇ ਕੁੜੀ ਦੇਖਣ ਆਉਂਦੇ ਮੁੰਡੇ ਕੋਲ ਤਾਂ ਹਾਂ ਤੇ ਨਾ ਹੈ ਕੁੜੀ ਕੋਲ ਕੱਲੀ ਹਾਂ ਹੈ ਜੇ ਉਹਨਾਂ ਨੇ ਹਾਂ ਕੱਸ ਕਹਾ ਹੈ ਕੀ ਗੱਲ ਵੀ ਇਦਦੋਂ ਨਾ ਕਿਉਂ ਨਹੀਂ ਹੈਗੀ ਮੈਨੂੰ ਮੁੰਡੇ ਅੱਗੇ ਨੀਵੀਂ ਬਾਕੇ ਬੈਣ ਨੂੰ ਕਿਹਾ ਗਿਆ ਸਿਰਫ ਤੇ ਸਿਰਫ ਹਾਂ ਕਹਿਣ ਨੂੰ ਕਿਹਾ ਗਿਆ ਇਛਾਵਾ ਤੇ ਚਲਦੀਆਂ ਨੇ ਰਵਾਜਾਂ ਦੀਆਂ ਰੰਦੀਆਂ ਦੂਜੇ ਘਰ ਜਾ ਕੇ ਵੀ ਉਹੀ ਪਾਬੰਦੀਆਂ ਇਛਾਵਾ ਤੇ ਚਲਦੀਆਂ ਨੇ ਰਵਾਜਾਂ ਦੀਆਂ ਰੰਦੀਆਂ ਦੂਜੇ ਘਰ ਜਾ ਕੇ ਵੀ ਉਹੀ ਪਾਬੰਦੀਆਂ ਵਧ ਰਹੀਆਂ ਨੇ ਹੁਣ ਲਾਲਚ ਦੀਆਂ ਛੱਲਾਂ ਮੈਨੂੰ ਵਾਪਸ ਪੇਕੇ ਭੇਜਣ ਦੀਆਂ ਚਲਦੀਆਂ ਨੇ ਗੱਲਾਂ ਵੀ ਦੱਸੋ ਵੇ ਰੀਤੀ ਰਵਾਜੋ ਹੁਣ ਕਿਹੜਾ ਧਰਮ ਅੱਲਾ ਜਾਂ ਤਾਂ ਮੈਨੂੰ ਜੰਮ ਦੇਣਾ ਜਾਂ ਜਿਉਣ ਦਾ ਮਾਹੌਲ ਦਿੰਦੇ ਜਾਂ ਫਿਰ ਦਾਜ ਵਿੱਚ ਬੰਦੂਕ ਪਿਸਤੌਲ ਦਿੰਦੇ ਅੰਬਰੀ ਉੱਡਦੀਆਂ ਕੂੰਜਾਂ ਨੂੰ ਵੀ ਅੰਬਰੀ ਉੱਡਦੀਆਂ ਕੂੰਜਾਂ ਨੂੰ ਵੀ ਆਪਣੀ ਮਰਜ਼ੀ ਦੀਆਂ ਛਤਰੀਆਂ ਤਿੱਤਾ ਰਿਆ ਗਿਆ ਨਾ ਤਾਂ ਮੈਨੂੰ ਜੰਮਣ ਤੋਂ ਪਹਿਲੀ ਮਾਰਿਆ ਗਿਆ ਨਹੀਂ ਮੇਰੇ ਜੰਮਣ ਦਾ ਦੁੱਖ ਹੀ ਸਾਰਾ ਹੈ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਉਹਨਾਂ ਨੂੰ ਸੌਂਪਣ ਦੇ ਲਈ ਮੁੱਖ ਮੰਤਰੀ ਦਾ ਸਭ ਤੋਂ ਪਹਿਲਾਂ ਧੰਨਵਾਦ ਕੀਤਾ ਤੇ ਫਿਰ ਪਿਛਲੀਆਂ ਸਰਕਾਰਾਂ ਦੇ ਵਰਦਿਆਂ ਕਿਹਾ ਕਿ ਉਸ ਵੇਲੇ ਸਿੱਖਿਆ ਦੀ ਹਾਲਤ ਬਹੁਤ ਮਾੜੀ ਸੀ ਤੇ ਇਸ ਵਿਭਾਗ ਨੂੰ ਤਰਨਿਆਂ ਦਾ ਵਿਭਾਗ ਮੰਨਿਆ ਜਾਂਦਾ ਸੀ। ਪੰਜਾਬ ਦੇ ਸਿਰ ਭਾਰੀ ਕਰਜ਼ਾ ਸੀ ਪਰ ਇਸ ਦੇ ਬਾਵਜੂਦ ਸਕੂਲਾਂ ਦੇ ਵਿੱਚ ਹਾਲਾਤ ਖਰਾਬ ਨੇ ਤੇ ਲਗਭਗ 2500 25000 ਅਧਿਆਪਕਾਂ ਦੀ ਇੱਥੇ ਕਾਟ ਸੀ ਪਰ ਕਹਿੰਦੇ ਸਾਡੀ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਹਮੇਸ਼ਾ ਅੱਗੇ ਰੱਖਿਆ। ਅਤੇ ਅੱਗੇ ਹੀ ਰੱਖਾਂਗੇ ਸਕੂਲਾਂ ਦੀ ਹਾਲਤ ਸੁਧਾਰਨ ਦੀ ਅਸੀਂ ਸੋਚੀ ਹੈ ਤੇ ਸੁਧਾਰ ਵੀ ਰਹੇ ਹਾਂ ਅੱਜ ਵੀ ਪੰਜਾਬ ਦੇ ਉਹ ਸਕੂਲ ਮੈਨੂੰ ਉਂਗਲਾਂ ਤੇ ਮੈਂ ਗਿਣ ਸਕਦਾ ਜਿੱਥੇ ਬੱਚੇ ਥੱਲੇ ਬੈਠਦੇ ਨੇ ਬਾਥਰੂਮ ਹੈ ਨਹੀਂ ਮੈਂ ਸਕੂਲ ਦੇ ਵਿੱਚ ਗਿਆ ਜੀ ਬੱਚੀਆਂ ਦਾ ਬਾਥਰੂਮ ਬਣਿਆ ਹੋਇਆ ਤੇ ਛੱਤੀ ਹੈ ਨਹੀਂ ਕਹਿਣ ਨੂੰ ਕਾਗਜ਼ਾਂ 'ਚ ਬਾਥਰੂਮ ਹੈਗਾ ਪਰ ਸੋਚ ਕੇ ਦੇਖੀਏ ਜਦੋਂ ਮੀਂਹ ਬਰਸਾਤ ਪੈਂਦਾ ਹੋਵੇ ਤਾਂ ਉਹ ਬਾਥਰੂਮ 'ਚ ਕੌਣ ਜਾਊਗਾ ਟੀਚਰ 25000 ਟੀਚਰ ਮੈਂ ਜਿਸ ਵੀ ਪਿੰਡ ਤੇ ਜਾਂਦਾ ਜਿਹੜੇ ਵੀ ਸਕੂਲ ਚ ਜਾਂਦਾ ਇੱਕੋ ਹੀ ਮੰਗ ਹੁੰਦੀ ਹੈ ਜੀ ਟੀਚਰ ਪੂਰੇ ਕਰ ਦੋ 25000 ਟੀਚਰਾਂ ਦੀ ਛਾਟ ਸੀ ਤੇ ਕਹਿਣ ਨੂੰ ਨੰਬਰ 1 ਸੀ ਜੀ ਨੰਬਰ 1 ਸੀ ਨੰਬਰ 1 ਸੀ ਕਦੀ ਕੋਈ ਜ਼ਮੀਨਾ ਤੇ ਉਤਰ ਕੇ ਨਹੀਂ ਦੇਖਿਆ ਬਤੌਰ ਸਿੱਖਿਆ ਮੰਤਰੀ ਸਕੂਲਾਂ ਚ ਗਿਆ ਤੇ ਮੈਨੂੰ ਮਾਣ ਹੈ ਮੇਰੇ ਮੁੱਖ ਮੰਤਰੀ ਸਾਹਿਬ ਇਦਾਂ ਦੇ ਖੁਦ ਸਕੂਲਾਂ ਚ ਜਾਂਦੇ ਨੇ ਅਸੀਂ ਜ਼ਿੱਦ ਫੜੀ ਸਾਡੇ ਲੀਡਰ ਦਾ ਸੁਪਨਾ ਹੈ ਸਟੇਟ ਲੀਡਰ ਵਿਨ ਕੇਜਰੀ왈 ਜੀ ਦਾ ਸੁਪਨਾ ਉਹ ਹਮੇਸ਼ਾ ਸਿੱਖਿਆ ਤੇ ਸਿਹਤ ਦੀ ਗੱਲ ਕਰਦੇ ਮੇਰੇ ਮੁੱਖ ਮੰਤਰੀ ਦਾ ਸੁਪਨਾ ਹੈ ਕਿ ਉਹ ਸਕੂਲ ਹੋਣ ਐਦਾਂ ਦੇ ਸਕੂਲ ਹੋਣ ਜਿੱਥੇ ਪੰਜਾਬੀ ਆਪਣੇ ਬੱਚਿਆਂ ਨੂੰ ਮਜਬੂਰੀ ਚ ਸਰਕਾਰੀ ਸਕੂਲ ਚ ਨਾ ਪਾਣ ਪਰ ਪੰਜਾਬੀ ਖੁਸ਼ੀ ਨਾਲ ਆਪਣੇ ਬੱਚਿਆਂ ਨੂੰ ਮਾਨ ਦੇ ਨਾਲ ਸਰਕਾਰੀ ਸਕੂਲਾਂ 'ਚ ਭੇਜੋ ਸਕੂਲ ਆਫ ਐਮਿਨੈਂਸ ਬਾਰੇ ਦੱਸਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇੱਥੇ ਉਹੀ ਬੱਚੇ ਪੜ੍ਹਨਗੇ ਜਿਹੜੇ ਭਾਵੇਂ ਆਰਥਿਕ ਹਾਲਾਤਾਂ ਵੱਲੋਂ ਮਾੜੇ ਹੋਣ ਪਰ ਹੁਨਰਮੰਦ ਹੋਣ ਇਹ ਹੀ ਬੱਚੇ ਅੱਗੇ ਜਾ ਕੇ ਡਾਕਟਰ ਇੰਜੀਨੀਅਰ ਜਾਂ ਹੋਰ ਵੱਡੇ ਅਹੁਦਿਆਂ ਅਹੁਦਿਆਂ ਤੇ ਬੈਠਣਗੇ ਤੇ ਸਿੱਖਿਆ ਮੰਤਰੀ ਨੇ ਇਹ ਵੀ ਦਾਵਾ ਕੀਤਾ ਕਿ ਇਹਨਾਂ ਸਕੂਲਾਂ ਦੇ ਵਿੱਚ ਉਹ ਸਹੂਲਤਾਂ ਵੀ ਮਿਲਣਗੀਆਂ ਜਿਹੜੀਆਂ ਵੱਡੇ ਵੱਡੇ ਸਕੂਲਾਂ ਦੇ ਵਿੱਚ ਵੀ ਤੁਹਾਨੂੰ ਨਹੀਂ ਮਿਲਦੀਆਂ ਹੋਣੀਆਂ ਸਕੂਲ ਆਫ ਐਮਿਨੈਂਸ ਪੰਜਾਬੀ 'ਚ ਭਾਵ ਉਹ ਹੈ ਜੀ ਇਹ ਉਹ ਸਕੂਲ ਹੋਣਗੇ ਜਿੱਥੇ ਪੰਜਾਬ ਦੇ ਉਹ ਹੋਨਹਾਰ ਬੱਚੇ ਜਿਨ੍ਹਾਂ ਚ ਸ਼ਮਤਾ ਤਾਂ ਸੀ ਪਰ ਕੁਝ ਹਾਲਾਤਾਂ ਕਰਕੇ ਉਹਨਾਂ ਨੂੰ ਵਧੀਆ ਵਿਦਿਆ ਨਹੀਂ ਮਿਲ ਪਾਂਦੀ ਸੀ ਉਹ ਡਾਕਟਰ ਨਹੀਂ ਬਣ ਪਾਉਂਦੇ ਸੀ ਉਹ ਇੰਜੀਨੀਅਰ ਨਹੀਂ ਬਣ ਪਾਉਂਦੇ ਸੀ ਉਹ ਆਈਐਸ ਆਈਪੀਐਸ ਨਹੀਂ ਬਣ ਪਾਉਂਦੇ ਸੀ ਉਹ ਸਾਰੇ ਬੱਚਿਆਂ ਨੂੰ ਹੁਣ ਅਸੀਂ ਇੰਜੀਨੀਅਰ ਸਾਇੰਟਿਸਟ ਆਈਐਸ ਆਈਪੀਐਸ ਵਕੀਲ ਬਣਾਵਾਂਗੇ ਕੋਈ ਵੀ ਪੰਜਾਬ ਚ ਇੱਕ ਵੀ ਬੱਚਾ ਇਸ ਕਰਕੇ ਪਿੱਛੇ ਨਹੀਂ ਰਹਿ ਜਾਊਗਾ ਕਿ ਉਸ ਨੂੰ ਵਧੀਆ ਵਿਦਿਆ ਨਹੀਂ ਮਿਲੀ ਇਹ ਹੈ ਸਕੂਲ ਆਫ ਐਮਿਨੈਂਸ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਹੈ। ਤੇ ਮੈਂ ਪੂਰੇ ਦਾਅਵੇ ਨਾਲ ਕਹਿ ਸਕਦਾ ਹਾਂ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਕੂਲ ਆਫ ਐਮੀਨੈਂਸ ਆਨਾਲੇ ਸਾਲਾਂ ਦੇ ਵਿੱਚ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲਣਗੇ। ਹੁਣ ਪਹਿਲਵਾਨਾਂ ਦੇ ਧਰਨੇ ਦੀ ਗੱਲ ਕਰ ਲਈਏ ਜਿਹੜਾ ਦਿੱਲੀ ਦੇ ਜੰਤਰ ਮੰਤਰ ਤੇ ਚੱਲ ਰਿਹਾ ਸੀ ਪਹਿਲਵਾਨਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਹੈ ਸਰਕਾਰ ਦੇ ਪ੍ਰੋਸੇ ਤੋਂ ਬਾਅਦ ਦੇਰ ਰਾਤ ਤੱਕ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਪਹਿਲਵਾਨਾਂ ਦੇ ਵਿਚਾਲੇ ਮੀਟਿੰਗ ਚੱਲੀ ਜਿਸ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਇਸ ਮੌਕੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਖੇਡ ਮੰਤਰੀ ਨੇ ਸਾਡੀਆਂ ਸਾਰੀਆਂ ਮੰਗਾਂ ਸੁਣੀਆਂ ਨੇ ਉਚਿਤ ਤੇ ਨਿਰਪੱਖ ਜਾਂਚ ਦਾ ਪ੍ਰੋਸਾ ਦਿੱਤਾ ਹੈ ਇਸ ਲਈ ਅਸੀਂ ਵਿਰੋਧ ਪ੍ਰਦਰਸ਼ਨ ਵਾਪਸ ਲੈ ਰਹੇ ਹਾਂ ਖਿਡਾਰੀਆਂ ਕੀ ਜੋ ہماری ਬਾਤ ਸੀ ਜੋ ਆਵਾਜ਼ ਸੀ ਉਹ ਸੁਣੀ ਹੈ और एक निर्णय लिया है कि भैया हम एक कमेटी गठित करेंगे जो आपको एक महीने में उसका रिजल्ट देगी तो हमने पूरा विश्वास है कि इसमें निष्पक्ष इस जांच होगी और जो खिलाड़ियों की सुरक्षा की बात है चाहे वो किसी तरह की बात है कि वो मंत्री जी ने बोला कि वो हमारी जिम्मेवार है क्योंकि पहले भी कुश्ती फेडरेशन के अध्यक्ष की तरफ से खिलाड़ियों को धमकी मिली है तो सभी खिलाड़ी भी यही थे कि भाई हमने आवाज़ उठाई है और उससे डरे हुए थे उस चीज़ से तो सभी को समझाया भी है मंत्री जी ने आश्वासन दिया है कि हम आपके साथ हर कदम पे साथ खड़े हैं तो मैं आपका धन्यवाद देता हूँ मंत्री जी हम सभी खिलाड़ियों की तरफ से और हमें उम्मीद है कि इसमें आप हमेशा खिलाड़ियों के साथ खड़े रहेंगे हमेशा उनकी जो जांच में ਜੋ 100% अच्छे से उसकी जांच करवाएंगे निष्पक्ष जांच होगी उसकी ਔਰ ਪ੍ਰਦਰਸ਼ਨ ਖਤਮ ਕਰਨ ਦੇ ਨਾਲ ਹੀ ਇੱਕ ਕਮੇਟੀ ਦਾ ਐਲਾਨ ਵੀ ਕੀਤਾ ਗਿਆ ਜਿਹੜੀ 4 ਹਫ਼ਤਿਆਂ ਦੇ ਵਿੱਚ ਰਿਪੋਰਟ ਸੌਂਪੇਗੀ ਜਾਂਚ ਜੋ ਤੱਕ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਕੁਸ਼ਤੀ ਸੰਗ ਦਾ ਕੰਮ ਵੀ ਕਮੇਟੀ ਦੇਖੇਗੀ ਕੁਸ਼ਤੀ ਸੰਗ ਦਾ ਮੌਜੂਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਾਂਚ ਪੂਰੀ ਹੋਣ ਤੱਕ ਸੰਗ ਦੇ ਕੰਮ ਤੋਂ ਦੂਰ ਰਹੇਗਾ ਤੇ ਜਾਂਚ ਵਿੱਚ ਸਹਿਯੋਗ ਕਰੇਗਾ ਬੈਠਕ ਤੋਂ ਬਾਅਦ ਖੇਡ ਮੰਤਰੀ ਅਨੁਰਾਗ ਠਾਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਦਿਨ ਖਿਡਾਰੀਆਂ ਦੀ ਪਹਿਲਵਾਨਾਂ ਦੀ ਮੰਗ ਆਈ ਸੀ ਉਸੇ ਦਿਨ ਹੀ ਭਾਰਤੀ ਕੁਸ਼ਤੀ ਮਹਾਸੰਗ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ 72 ਘੰਟਿਆਂ ਚ ਜਵਾਬ ਮੰਗਿਆ ਗਿਆ ਸੀ ਕੇਂਦਰੀ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜਪੂਸ਼ਨ ਸ਼ਰਨ ਸਿੰਘ ਅਹੁਦੇ ਤੋਂ ਹਟੇ ਰਹਿਣਗੇ ਓਵਰਸਾਈਟ ਕਮੇਟੀ ਦਾ ਗਠਨ ਕੀਤਾ ਜਾਏਗਾ ਜਿਸ ਕੇ ਨਾਮੋਂ ਕੀ ਘੋਸ਼ਣਾ ਕੱਲ ਕਰ ਦਿੱਤੀ ਜਾਏਗੀ ਅਗਲੇ 4 ਹਫ਼ਤੋ ਕੇ ਅੰਦਰ ਆਪਣੀ ਜਾਂਚ ਕੋ ਪੂਰਾ ਕਰਨਗੇ ਜੋ ਵੀ ਗੰਭੀਰ ਆਰੋਪ ਕਿਸੇ ਵੀ ਤਰ੍ਹਾਂ चाहे फाइनेंशियल हो सेक्सुअल हरासमेंट के हो या बाकी हो, जो भी कहेंगे इनके सबकी गहराई तक जाएंगे जांच भी करेंगे और जो निर्णय बाकी करने की आवश्यकता होगी वो भी करने का काम करेंगे ਇਹਨਾਂ ਸਾਰੇ ਪੁਰੋਸਿਆਂ ਤੋਂ ਬਾਅਦ ਵਿਨੇਸ਼ ਫੋਗਾਟ ਬਜਰੰਗ ਪੂਨੀਆ ਸਾਕਸ਼ੀ ਮਲਕਾ ਤੇ ਰਵੀ ਦਈਆ ਸਮੇਤ ਸਾਰੇ ਪਲਵਾਨਾਂ ਨੇ ਆਪਣੀ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਭਾਰਤ ਦੇ ਸਾਰੇ ਨਾਮੀ ਪਹਿਲਵਾਨ 18 ਜਨਵਰੀ ਤੋਂ ਦਿੱਲੀ ਦੇ ਜੰਤਰ ਮੰਤਰ ਤੇ ਧਰਨੇ ਤੇ ਬੈਠੇ ਸਨ ਵਿਨੇਸ਼ ਫੋਗਾਟ ਨੇ ਮਹਾਸੰਘ ਦੇ ਪ੍ਰਧਾਨ ਤੇ ਏਜੰਸੀ ਸੋਸ਼ਣ ਸਨੇ ਕਈ ਗੰਭੀਰ ਇਲਜ਼ਾਮ ਲਾਇਆ ਹਾਲਾਂਕਿ ਬ੍ਰਿਜਪੂਸ਼ਨ ਸ਼ਰਨ ਸਿੰਘ ਲਗਾਤਾਰ ਇਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਕਰਨ ਨਹੀਂ ਰਹੇ ਨੇ ਭਾਰਤੀ 올림픽 ਸੰਘ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖਿਲਾਫ ਮਹਿਲਾ ਕੁਸ਼ਤੀ ਖਿਡਾਰਨਾਂ ਦੇ ਏਜੰਸੀ ਸੋਸ਼ਣ ਦੇ ਮਾਮਲੇ ਦੀ ਜਾਂਚ ਲਈ ਸਟੈਂਬਰਿਕ ਕਮੇਟੀ ਦਾ ਵੀ ਗਠਨ ਕਰ ਦਿੱਤਾ ਸੀ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਹੁਸ਼ਿਆ ਨੇ ਪਹਿਲਾਂ ਹੀ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਖਿਡਾਰੀਆਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਪ੍ਰੋਸੇ ਤੋਂ ਬਾਵਜੂਦ ਵੀ ਬ੍ਰਿਜ ਭੂਸ਼ਣ ਦਾ ਦਬਦਬਾ ਬਰਕਰਾਰ ਹੈ ਪ੍ਰਧਾਨਗੀ ਤੋਂ ਲਾਂਬੇ ਕੀਤੇ ਜਾਣ ਦੇ ਬਾਵਜੂਦ ਵੀ ਸ਼ਨੀਚਰਵਾਰ ਨੂੰ ਕੌਮੀ ਕੁਸ਼ਤੀ ਮੁਕਾਬਲੇ ਦਾ ਇਸ ਨੇ ਉਦਘਾਟਨ ਕੀਤਾ ਅਤੇ ਆਪਣੇ ਗੱਲ ਦੇ ਵਿੱਚ ਹਾਰ ਪੁਆਏ ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੰਦਨੀ ਨਗਰ ਸਟੇਡੀਅਮ ਦੇ ਵਿੱਚ ਸ਼ੁਰੂ ਹੋਏ ਸੀਨੀਅਰ ਨੈਸ਼ਨਲ ਸੀਨੀਅਰ ਓਪਨ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਦਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਦਘਾਟਨ ਕੀਤਾ ਮੰਚ ਤੇ ਪਹੁੰਚਣ ਤੋਂ ਪਹਿਲਾਂ ਅਧਿਕਾਰੀਆਂ ਨੇ ਇਸ ਦਾ ਬਾਕਾਇਦਾ ਸਵਾਗਤ ਵੀ ਕੀਤਾ ਹਾਰ પાਕੇ ਸਵਾਗਤ ਕੀਤਾ ਗਿਆ ਇਹਨਾਂ ਜਾਣਕਾਰੀਆਂ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਵੀ ਆ ਗਈ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਨੇ ਆਪਣੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਲੱਗੇ ਜਿੰਸੀ ਏਜੰਸੀ ਸੋਸ਼ਣ ਸਮੇਤ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਜਿਹੜੀ ਗੱਲ ਕਰ ਰਹੇ ਸੀ ਸ਼ੁੱਕਰਵਾਰ ਦੀ ਰਾਤ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਕੇ 72 ਕੰਟੈਂਡ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਉਹ ਰਿਪੋਰਟ ਯਾਨਕੀ 73 ਕਾਂਡਿਆਂ ਵਿੱਚ ਜਵਾਬ ਮੰਗਿਆ ਗਿਆ ਹੈ ਭਾਰਤੀ ਕੁਸ਼ਤੀ ਮਹਾਸੰਘ ਦੇ ਵੱਲੋਂ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਪ੍ਰਧਾਨ ਬਿਲਕੁਲ ਠੀਕ ਹੈ ਉਹਨਾਂ ਨੇ ਕਿਹਾ ਕਿ ਖੇਡ ਸੰਸਥਾ ਦੇ ਵਿੱਚ ਮਨਮਾਨੀ ਅਤੇ ਇੱਕ ਉਪਰਬੰਧਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਫੈਡਰੇਸ਼ਨ ਨੇ ਖੇਡ ਮੰਤਰਾਲੇ ਨੂੰ ਦਿੱਤੇ ਜਵਾਬ ਚ ਕਿਹਾ ਕਿ ਫੈਡਰੇਸ਼ਨ ਦਾ ਪ੍ਰਬੰਧਨ ਇਸ ਦੇ ਸੰਵਿਧਾਨ ਮੁਤਾਬਕ ਚੁਣੀ ਹੋਈ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਇਸ ਲਈ ਪ੍ਰਧਾਨ ਸਮੇਤ ਕਿਸੇ ਵੀ ਵਿਅਕਤੀ ਵੱਲੋਂ ਇਸ ਵਿੱਚ ਮਨਮਾਨੀ ਤੇ ਕੋ ਉਪਰਬੰਧਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਕਹਿੰਦੇ ਫੈਡਰੇਸ਼ਨ ਨੇ ਮੌਜੂਦਾ ਪ੍ਰਧਾਨ ਦੇ ਅਧੀਨ ਯਾਨਕੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਕੰਮ ਕੀਤਾ ਹੈ ਜਵਾਬ ਚ ਇਹ ਵੀ ਕਿਹਾ ਗਿਆ ਕਿ ਪਲਵਾਨ ਫੈਡਰੇਸ਼ਨ ਨੂੰ ਬਦਨਾਮ ਕਰਨ ਦੇ ਲਈ ਨਿੱਜੀ ਹਿੱਤ ਜਾਂ ਦਬਾਹੇ ਹੇਠ ਵਿਰੋਧ ਕਰ ਰਹੇ ਨੇ ਇਸ ਵਿਰੋਧ ਪਿੱਛੇ ਮੌਜੂਦਾ ਪ੍ਰਬੰਧ ਨੂੰ ਬਦਲਣ ਦੇ ਲਈ ਕੁਝ ਨਿੱਜੀ ਅਤੇ ਲੁਕੇ ਏਜੰਡੇ ਹਨ ਇਹ ਵੱਡਾ ਜਿਹੜਾ ਇਲਜ਼ਾਮ ਲਾਇਆ ਉਸ ਤੋਂ ਬਾਅਦ ਖੇਡ ਮੰਤਰਾਲਾ ਕੀ ਕਹੂਗਾ ਜਦੋਂ ਵੀ ਕੋਈ ਅਪਡੇਟ ਆਏ ਤੁਹਾਨੂੰ ਦੱਸਾਂਗੇ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਹੈ ਜਿਸ ਕਰਕੇ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਵੇਰਵੇ ਮਿਲੇ ਨੇ ਕਿ ਸਿੱਧੂ ਮਸੂਏ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਦਿਲ ਦੇ ਵਿੱਚ ਸਟੰਟ ਪਿਆ ਸੀਗਾ ਤੇ ਉਸ ਸਟੰਟ ਦੇ ਵਿੱਚ ਦਿੱਕਤ ਆਉਣ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਤੇ ਪਹਿਲਾ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਪਰ ਹਾਲਤ ਖਰਾਬ ਹੋਣ ਕਰਕੇ ਪੀਜੀਆਈ ਲਜਾਇਆ ਗਿਆ ਇਸ ਬਾਰੇ ਉਹਨਾਂ ਦੇ ਵੱਡੇ ਭਰਾ ਚਮਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੜਕੇ ਤੜਕੇ ਸ਼ਨੀਚਰਵਾਰ ਨੂੰ ਰਾਜਪੁਰਾ ਦੇ ਵਿੱਚ ਦਿੱਲੀ ਅਮਰitsar ਨੈਸ਼ਨਲ ਹਾਈਵੇ ਤੇ ਨਾਕਾ ਲਾ ਕੇ 100 ਦੇ ਕਰੀਬ ਟਰੱਕਾਂ ਦੀ ਖੁਦ ਚੈਕਿੰਗ ਕੀਤੀ ਜੀਐਸਟੀ ਦੀ ਚੋਰੀ ਰੋਕਣ ਦੇ ਲਈ ਕੀਤੀ ਗਈ ਚੈਕਿੰਗ ਦੌਰਾਨ ਬਿਨਾ ਬਿੱਲਾਂ ਵਾਲੇ 20 ਤੋਂ ਵੱਧ ਟਰੱਕਾਂ ਨੂੰ 10 ਲੱਖ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਕਈ ਟਰੱਕ ਜਿਹੇ ਪਾਏ ਗਏ ਜਿਨ੍ਹਾਂ ਦੇ ਕੋਲ ਸਮਾਨ ਦਾ ਬਿੱਲ ਵੀ ਨਹੀਂ ਸੀ ਤੇ ਕਈਆਂ ਕੋਲ ਸਾਰੇ ਦਸਤਾਵੇਜ਼ ਨਹੀਂ ਸਨ ਮੰਤਰੀ ਹਰਪਾਲ ਚੀਮਾ ਆਪਣੇ ਹਲਕੇ ਵਿੱਚ ਜਾ ਰਹੇ ਸਨ ਇਸ ਦੌਰਾਨ ਉਹਨਾਂ ਨੂੰ ਜੀਐਸਟੀ ਚੋਰੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਸ ਕਰਕੇ ਉਹਨਾਂ ਨੇ ਅਫਸਰਾਂ ਦੀ ਟੀਮ ਨੂੰ ਨਾਲ ਲੈ ਕੇ ਇੱਥੇ ਖੁਦ ਚੈਕਿੰਗ ਕੀਤੀ ਅਤੇ ਤਗੜੀ ਕਾਰਵਾਈ ਕੀਤੀ ਮੌਸਮ ਦੇ ਵਿੱਚ ਥੋੜੀ ਤਬਦੀਲੀ ਆਉਣ ਤੋਂ ਬਾਅਦ ਯਾਨੀ ਕਿ ਪਾਰਾ ਪਹਿਲਾਂ ਬਹੁਤ ਡਿੱਗਿਆ ਹੋਇਆ ਸੀ ਹੁਣ ਤਾਪਮਾਨ ਥੋੜਾ ਉੱਤੇ ਆ ਰਿਹਾ ਹੈ ਮੌਸਮ ਦੇ ਵਿੱਚ ਠੰਡਕ ਹੈ ਜਿਹੜੀ ਉਹ ਥੋੜੀ ਘਟੀ ਹੈ ਜਿਹੜੀ ਸੁੱਕੀ ਠੰਡ ਹੈ ਉਹ ਵੀ ਘਟੀ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਸਕੂਲ ਦਾ ਸਮਾਂ ਬਦਲ ਦਿੱਤਾ ਹੈ ਸਾਰੇ ਸਕੂਲ ਨੇ ਜਿਹੜੇ ਹੁਣ ਉਹਨਾਂ ਦੇ ਵਿੱਚ ਸਾਰੇ ਵਿਦਿਆਰਥੀਆਂ ਦੀਆਂ ਕਲਾਸਾਂ ਨੇ ਜਿਹੜੀਆਂ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ 20 ਮਿੰਟ ਤੱਕ ਲੱਗਣੀਆਂ ਸਟਾਫ ਦਾ ਸਮਾਂ ਜਿਹੜਾ ਉਹ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਦਾ ਰਹੇਗਾ ਜਿਹੜੇ ਡਬਲ ਸ਼ਿਫਟ ਦੇ ਵਿੱਚ ਸਕੂਲ ਲੱਗਦੇ ਨੇ ਉਹਨਾਂ ਦੇ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦਾ ਜਿਹੜਾ ਸਕੂਲ ਆ ਉਹ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਲੱਗੂਗਾ ਤੇ ਬਾਕੀਆਂ ਦਾ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਜਾਂ 10ਵੀਂ ਜਮਾਤ ਤੱਕ ਜਿੱਥੋਂ ਤੱਕ ਵੀ ਸਕੂਲ ਨੇ ਉਹਨਾਂ ਦੀਆਂ ਕਲਾਸਾਂ 9 ਵ ਕੇ ਸਵਾ 1 ਵਜੇ ਤੱਕ ਲੱਗਣਗੀਆਂ ਸ਼ਾਮ 7 ਵਜੇ ਤੱਕ ਦੀਆਂ 7 ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਥੋੜੀ ਦੇਰ ਤੱਕ ਐਮਰਜੈਂਸੀ ਬੁਲੇਟਨ ਦੇ ਨਾਲ ਫਿਰ ਮਿਲਾਂਗੇ ਧੰਨਵਾਦ